ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨियस ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਅਪਡੇਟ ਪੀਐਸਟੈਟ 2023 ਦੇ ਪੇਪਰ ਨੂੰ ਲੈ ਕੇ ਆ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀ ਤੇ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਸੋ ਉਸ ਪੇਪਰ ਲੈਣ ਦੀ ਜੋ ਤਰੀਕ ਹੈ ਉਸ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜੋ ਜਾਰੀ ਹੋਇਆ ਉਸ ਨੂੰ ਆਪਾਂ ਡਿਟੇਲ ਵਿੱਚ ਪੜ੍ਹਾਂਗੇ ਤੇ ਹੁਣ ਤੱਕ ਜੋ ਵੀ ਇਹ ਗੱਲ ਹੋ ਰਹੀ ਹੈ ਕਿ ਪੇਪਰ 23 April ਨੂੰ ਹੋਏਗਾ ਉਹ ਕਿੰਨੀ ਗੱਲ ਸੱਚ ਹੈ ਉਸ ਨੂੰ ਵੀ ਆਪਾਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਸੋ ਸ਼ੁਰੂ ਕਰਦੇ ਹਾਂ ਜੀ ਹਾਂਜੀ ਸੋ ਜੇ ਆਪਾਂ ਹੁਣ ਤੱਕ ਗੱਲ ਕਰੀਏ ਕੋਈ ਵੀ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਦੇ ਵਿੱਚ ਪੀਟੈਟ ਬਾਰੇ ਗੱਲ ਹੋਈ ਹੋਵੇ ਸਿਰਫ ਇਹੀ ਜਿਹੜਾ ਪੀਟੈਟ ਦੇ ਸਬੰਧ ਵਿੱਚ ਜੂਨੀਅਨ ਵੱਲੋਂ ਜਰੂਰ ਇੱਕ ਮੀਟਿੰਗ ਦਾ ਲੈਟਰ ਜਾਰੀ ਹੋਇਆ ਜਿਸ ਦੇ ਵਿੱਚ ਉਹਨਾਂ ਨੇ 28 ਤਿੰਨ 23 ਨੂੰ 11 ਵਜੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਰੱਖੀ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਮੈਂਬਰ ਸ਼ਾਮਲ ਹੋਣਗੇ ਤੇ ਨਾਲ ਹੀ ਇਸ ਦੇ ਵਿੱਚ ਜੋ ਵੀ ਹੈ ਇੱਕ ਘੰਟਾ ਜਾਂ ਜਿੰਨਾ ਵੀ ਇਹਦੇ ਵਿੱਚ ਉਹ ਐਂਟਰੀ ਪਾਸ ਬਣਵਾ ਕੇ ਸੋ ਪਹਿਲਾਂ ਜਿਵੇਂ ਇਹਦੇ ਵਿੱਚ ਐਂਟਰ ਹੋਣਾ ਉਸੇ ਸਬੰਧ ਵਿੱਚ ਹਦਾਇਤ ਹੈ ਸੋ ਇਸੇ ਵਿੱਚ ਮੀਟਿੰਗ ਕਰਵਾਉਣ ਦਾ ਜੋ ਪਰਪਸ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪੀਐਸਟੈਟ ਇਗਜ਼ਾਮ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰੱਦ ਹੋ ਗਿਆ ਸੀ ਪਰ ਜੋ ਇਹ ਗੱਲ ਉੱਡ ਰਹੀ ਹੈ ਕਿ ਪੇਪਰ 23 April ਨੂੰ ਹੋਵੇਗਾ ਜਾਂ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਜੇ ਗੌਰ ਕਰੀਏ ਤਾਂ ਹਲੇ ਤੱਕ ਇਹਨਾਂ ਦਾ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਸੋ ਇਹ ਇੱਕ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਵੀ ਪੇਪਰ April ਚ ਹੋ ਸਕਦਾ ਹੈ ਹੋ ਸਕਦਾ ਹੋ ਵੀ ਸਕੇ ਪਰ ਆਪਾਂ ਉਹਨਾਂ ਟਾਈਮ ਇਸ ਗੱਲ ਨੂੰ ਸ਼ੋਰ ਨਹੀਂ ਕਹਿ ਸਕਦੇ ਜਿੰਨਾ ਟਾਈਮ ਸਾਡੇ ਕੋਲੇ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਉਂਦਾ ਸੋ ਹੁਣ 28 ਤਿੰਨ ਨੂੰ ਜੋ ਮੀਟਿੰਗ ਹੋਏਗੀ ਇਸ ਤੋਂ ਬਾਅਦ ਕੀ ਨੀਤੀ ਜਾਂ ਨਿਕਲ ਕੇ ਆਉਂਦਾ ਹੈ ਪੀਐਸਟ ਦੇ ਸਬੰਧ ਵਿੱਚ ਤੁਹਾਡਾ ਡਿਸਕਸ ਕਰਾਂਗੇ ਸੋ ਇਸ ਦੇ ਜਿਨ੍ਹਾਂ ਨੇ ਇਹਨਾਂ ਨੂੰ ਪੇਪਰ ਨੂੰ ਕੰਡਕਟ ਕਰਵਾਇਆ ਸੀ ਉਹ ਆਫੀਸਰ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ ਸੋ ਹੁਣ ਦੇਖਦੇ ਆ ਪੀਐਸਟੈਟ ਦਾ ਜਿਹੜਾ ਐਗਜ਼ਾਮ ਹੈ ਕਦੋਂ ਤੱਕ ਹੋ ਸਕਦਾ ਸੋ ਇਹ ਮੀਟਿੰਗ ਤੋਂ ਬਾਅਦ ਅਸੀਂ ਤੁਹਾਡੇ ਨਾਲ ਫਿਰ ਵੀਡੀਓ ਡਿਸਕਸ ਕਰਾਂਗੇ ਤੇ ਨਾਲ ਹੀ ਆਫੀਸ਼ੀਅਲੀ ਵੈਬਸਾਈਟ ਦੇ ਉੱਪਰ ਟਾਈਮ ਟੂ ਟਾਈਮ ਦੇਖਦੇ ਰਹਿਣੇ ਆ ਜਦੋਂ ਵੀ ਤੁਹਾਡੀ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕੋਈ ਵੀ ਨਿਊਜ਼ ਆਉਂਦੀ ਹੈ ਤਾਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਡੇ ਪੀਐਸਟੈਟ ਦੀ ਆਫੀਸ਼ੀਅਲ ਜਾਣਕਾਰੀ ਇਸ ਚੈਨਲ 'ਤੇ ਹੀ ਦੇਵਾਂਗੇ ਸੋ ਜੁੜੇ ਰਹੋ ਜੀਨੀਅਸ ਸਟਡੀ ਹਬ ਚੈਨਲ ਦੇ ਨਾਲ ਪੀਐਸਟੈਟ ਮਾਸਟਰ ਕੈਡਰ ਤੇ ਹੋਰ ਨਾ ਪੰਜਾਬ ਦੇ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਧੰਨਵਾਦ ਜੀ